ਵਿੱਚ ਪੈਦਲ ਤੁਰਦਾ ਹੋਇਆ ਇਹ ਨੌਜਵਾਨ ਕੋਈ ਮਾਮੂਲੀ ਸ਼ਖਸ ਨਹੀਂ ਹੈ ਬਲਕਿ ਆਪਣੇ ਲੱਖਾਂ ਦੀ ਨੌਕਰੀ ਛੱਡ ਕੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਪੈਦਲ ਹੀ ਨਿਕਲਿਆ ਹੈ ਜਿਸਨੇ ਹੁਣ ਤੱਕ 17 ਰਾਜਾਂ ਦਾ ਪੈਦਲ ਹੀ ਸਫ਼ਰ ਤੈਅ ਕਰ ਲਿਆ ਹੈ ਯਾਨੀ 1,40,000 ਕਿਲੋਮੀਟਰ ਤੱਕ ਇਹ ਨੌਜਵਾਨ ਪੈਦਲ ਚੱਲ ਕੇ 17 ਰਾਜਾਂ ਚੋਂ ਹੋ ਕੇ 34,000 ਬੂਟੇ ਲਗਾ ਕੇ ਅੱਗੇ ਵਧਿਆ ਹੈ ਜਿੱਥੇ ਹੁਣ ਇਹ ਵਾਤਾਵਰਨ ਪ੍ਰੇਮੀ ਸਾਂਸਦ ਸੰਤ ਬਲਬੀਰ ਸਿੰਘ ਸਿੱਚੇਵਾਲ ਨੂੰ ਵੀ ਮਿਲਿਆ ਹੈ ਜਿੱਥੋਂ ਇਸ ਨੌਜਵਾਨ ਨੂੰ ਹੋਰ ਵੀ ਪ੍ਰੇਰਣਾ ਮਿਲੀ ਹੈ ਕਿ ਵਾਤਾਵਰਨ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ਇਸ ਸ਼ਖਸ ਦਾ ਨਾਮ ਆਸ਼ੂਤੋਸ਼ ਪਾਂਡੇ ਹੈ ਜੋ ਕਿ ਅਯੋਧਿਆ ਦਾ ਰਹਿਣ ਵਾਲਾ ਹੈ ਕੋਰੋਨਾ ਕਾਲ ਦੇ ਵਿੱਚ ਆਸ਼ੂਤੋਸ਼ ਨੇ ਆਪਣੇ ਦੋ ਦੋਸਤ ਇਸ ਲਈ ਗਵਾ ਦਿੱਤੇ ਕਿਉਂਕਿ ਉਹਨਾਂ ਨੂੰ ਆਕਸੀਜਨ ਸਿਲੰਡਰ ਨਹੀਂ ਮਿਲਿਆ ਦੋਸਤਾਂ ਦੀ ਮੌਤ ਦਾ ਆਸ਼ੂਤੋਸ਼ ਦੇ ਮਨ ਤੇ ਐਸਾ ਪ੍ਰਭਾਵ ਪਿਆ ਕਿ ਉਸਨੇ ਵਾਤਾਵਰਨ ਨੂੰ ਸੰਭਾਲਣ ਦਾ ਪ੍ਰਣ ਲੈ ਲਿਆ ਅਤੇ ਫਿਰ ਪੈਦਲ ਹੀ ਨਿਕਲ ਆਇਆ ਆਸ਼ੂਤੋਸ਼ 1,00,000 ਰੁਪਏ ਮਹੀਨੇ ਦੀ ਤਨਖਾਹ ਲੈਂਦਾ ਸੀ ਪਰ ਉਸਨੇ ਹੁਣ ਨੌਕਰੀ ਛੱਡ ਕੇ ਪੈਦਲ ਯਾਤਰਾ ਸ਼ੁਰੂ ਕੀਤੀ ਤੇ 17 ਰਾਜਾਂ ਚ ਹੁੰਦਾ ਹੋਇਆ 34,000 ਬੂਟੇ ਲਗਾ ਕੇ ਹੁਣ ਅੱਗੇ ਵਧ ਰਿਹਾ ਹੈ ਸੰਤ ਬਲਬੀਰ ਸਿੰਘ ਸਿੱਚੇਵਾਲ ਦੇ ਵੱਲੋਂ ਵੀ ਨੌਜਵਾਨ ਦੀ ਸ਼ਲਾਘਾ ਕੀਤੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਵਾਤਾਵਰਨ ਦਿਨ ਬਦਿਨ ਖਰਾਬ ਹੋ ਰਿਹਾ ਹੈ ਤੇ ਇਸ ਨੂੰ ਸੰਭਾਲਣ ਦੀ ਬੇਹੱਦ ਜ਼ਰੂਰਤ ਹੈ ਆਸ਼ੂਤੋਸ਼ ਦਾ ਵੀ ਮੰਨਣਾ ਹੈ ਕਿ ਦੁਨੀਆ ਭਰ ਦੇ ਵਿੱਚ ਪ੍ਰਦੂਸ਼ਣ ਜ਼ਿਆਦਾ ਹੈ ਜਿਸ ਕਰਕੇ ਵਾਤਾਵਰਨ ਖਰਾਬ ਹੋ ਰਿਹਾ ਹੈ ਜਿਸ ਨੂੰ ਹੁਣ ਨਾ ਸਾਂਭਿਆ ਤਾਂ ਸਮਾਂ ਹੱਥੋਂ ਨਿਕਲ ਸਕਦਾ ਹੈ ਵਾਤਾਵਰਨ ਦੀ ਸੰਭਾਲ ਦੇ ਨਾਲ ਮਨੁੱਖੀ ਜੀਵਨ ਜੁੜਿਆ ਹੋਇਆ ਹੈ ਜਿਸ ਲਈ ਆਸ਼ੂਤੋਸ਼ ਵੀ ਪੈਦਲ ਹੀ 1,40,000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 17 ਰਾਜਾਂ ਚ 34,000 ਬੂਟੇ ਲਗਾ ਕੇ ਅੱਗੇ ਵਧਿਆ ਆਸ਼ੂਤੋਸ਼ ਦਾ ਕਹਿਣਾ ਹੈ ਕਿ ਉਸਦੀ ਇਹ ਯਾਤਰਾ ਜਨਵਰੀ 2026 ਦੇ ਵਿੱਚ ਅਯੋਧਿਆ ਪਹੁੰਚ ਕੇ ਹੀ ਸਮਾਪਤ ਹੋਏਗੀ ਇਸ ਦੇ ਨਾਲ ਹੀ ਅਯੋਧਿਆ ਦੇ ਵਿੱਚ 1,00,000 ਪੌਦੇ ਲਗਾਏ ਜਾਣਗੇ ਅਤੇ ਜਿਸ ਨੂੰ ਸ਼੍ਰੀ ਰਾਮ ਵਾਟਿਕਾ ਦਾ ਨਾਮ ਵੀ ਦਿੱਤਾ ਜਾਏਗਾ ਦੱਸ ਦਈਏ ਕਿ ਆਸ਼ੂਤੋਸ਼ ਦੀ ਉਮਰ ਮਹਿਜ਼ 25 ਸਾਲ ਹੈ ਜਿਸ ਨੇ ਬੇਹੱਦ ਵੱਡਾ ਬੀੜਾ ਚੁੱਕਿਆ ਹੋਇਆ ਹੈ ਤੇ 17 ਰਾਜਾਂ ਦੇ ਵਿੱਚ 34,000 ਬੂਟੇ ਲਗਾਏ ਨੇ ਪਰ ਹੱਲੇ ਵੀ ਇਹ ਸਫ਼ਰ ਖਤਮ ਨਹੀਂ ਹੋਇਆ ਸਫ਼ਰ ਅੱਗੇ ਹੋਰ ਹੈ ਤੇ 2026 ਤੱਕ ਇਸੇ ਤਰ੍ਹਾਂ ਚੱਲੇਗਾ ਪੂਰੇ ਦੇਸ਼ ਦੀ ਵੰਦੇ ਭਾਰਤ ਪਦਯਾਤਰਾ ਪਰਿਵਰਣ ਕੇ ਲਈ 4 ਦਿਸੰਬਰ 2022 ਕੋ ਉੱਤਰ ਪ੍ਰਦੇਸ਼ ਅਯੋਧਿਆ ਸੇ ਸ਼ੁਰੂ ਕੀਤਾ ਥਾ ਉਸਸੇ ਪਹਿਲੇ ਮੈਂ ਦਿੱਲੀ ਮੇਂ ਰਹਿਤਾ ਥਾ ਔਰ ਦਿੱਲੀ ਮੇਂ ਐਜੂਕੇਸ਼ਨ ਡਿਪਾਰਟਮੈਂਟ ਕੇ ਲਈ ਮੈਂ ਕਾਮ ਕਰ ਰਹਾ ਥਾ ਮੇਰੀ ਲਾਸਟ ਸੈਲਰੀ 90,000 ਥੀ ਜਿਸਕੋ ਮੈਂਨੇ 2022 ਮੇਂ ਰਿਜ਼ਾਈਨ ਕਰੀ ਹੈ ਉਸਕੋ ਰਿਜ਼ਾਈਨ ਕਰਕੇ ਪੈਦਲ ਚੱਲ ਰਹਾ ਹੂੰ ਲੇਕਿਨ ਬਹੁਤ ਬੜਾ ਜੋ ਕਾਰਨ ਥਾ ਕੋਵਿਡ ਸਮੇਂ ਇੱਕ ਐਸਾ ਜੀਵਨ ਮੇਂ ਮੇਰੇ ਸਮੇਂ ਆਇਆ ਜਬ ਮੇਰੇ ਪੂਰੇ ਜੀਵਨ ਕੋ ਬਦਲ ਕੇ ਰੱਖ ਦੇਤਾ ਹੈ ਮੇਰੇ ਕੋ ਦੋ ਦੋਸਤ ਥੇ ਜਾਣਨੇ ਵਾਲੇ ਜਿਨਕਾ ਕੋਵਿਡ ਸਮੇਂ ਮੇਂ ਡੈਥ ਹੋ ਗਈ ਔਰ ਪੂਰੀ ਦਿੱਲੀ ਮੇਂ ਹਮ ਭਾਗਤੇ ਰਹੇ ਬਟ ਹਮ ਦੋ ਆਕਸੀਜਨ ਸਿਲੰਡਰ ਨਹੀਂ ਪਾਤੇ ਜਬ ਹਮੇਂ ਦੋ ਆਕਸੀਜਨ ਸਿਲੰਡਰ ਨਹੀਂ ਮਿਲਤੀ ਹੈ ਉਸ ਟਾਈਮ ਹਮੇਂ ਇੱਕ ਚੀਜ਼ ਸਮਝ ਮੇਂ ਆਤੀ ਹੈ ਕਿ ਚਾਹੇ ਆਪ ਕਿਤਨਾ ਵੀ ਪੈਸਾ ਕਮਾ ਲੀਜੀਏ ਲੇਕਿਨ ਅਗਰ ਆਪ ਪ੍ਰਕਿਤ ਕੇ ਸਾਥ ਆਪਣੇ ਆਪ ਕੋ ਨਹੀਂ ਜੋੜ ਪਾਏ ਤੋ ਆਨੇ ਵਾਲੇ ਭਵਿਸ਼ ਕੋ ਆਪ ਨਹੀਂ ਬਚਾ ਸਕਤੇ ਕਿਉਂਕਿ ਪੈਸਾ ਪ੍ਰਕਿਤ ਕੋ ਨਹੀਂ ਬਣਾ ਸਕਤਾ ਤੋ ਉਸੀ ਵਿਚਾਰਧਾਰਾ ਕੋ ਲੇ ਕੇ ਫਿਰ ਮੈਂ ਆਪਣੀ ਜੌਬ ਰਿਜ਼ਾਈਨ ਕਰੀ ਔਰ ਪੈਦਲ ਚੱਲਣਾ ਸ਼ੁਰੂ ਕੀਤਾ ਕਿਤਨੇ ਰਾਜ ਅਭੀ ਤੱਕ ਆਪ ਜਿਹੜੇ ਘੁੰਮ ਆਏ ਮੈਂ ਅਭੀ ਤੱਕ 17 ਰਾਜ ਪੈਦਲ ਚੱਲ ਚੁੱਕਾ ਹਾਂ ਸਰ ਜਿਸ ਮੇਂ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਛੱਤੀਸਗੜ੍ਹ ਉੜੀਸਾ ਆਂਧਰ ਪ੍ਰਦੇਸ਼ ਤੇਲੰਗਾਨਾ ਤਮਿਲਨਾਡੂ ਕੇਰਲ ਕਰਨਾਟਕ ਗੋਆ ਮਹਾਰਾਸ਼ਟਰ ਗੁਜਰਾਤ ਔਰ ਮੱਧ ਪ੍ਰਦੇਸ਼ ਦੇ ਬਾਅਦ ਮੈਂ ਉੱਤਰਾਖੰਡ ਗਿਆ ਵਹਾਂ ਸੇ ਹਿਮਾਚਲ ਲੱਦਾਖ ਲੱਦਾਖ ਸੇ ਕਸ਼ਮੀਰ ਔਰ ਕਸ਼ਮੀਰ ਸੇ ਪੰਜਾਬ ਪਹੁੰਚਾ ਹੂੰ ਪੰਜਾਬ ਮੈਂ ਅਭੀ ਮੈਂ ਸੁਲਤਾਨਪੁਰ ਲੋਧੀ ਮੇਂ ਹੂੰ ਜਹਾਂ ਪੇ ਹਮਾਰੀ ਪਦਮ ਸ਼੍ਰੀ ਔਰ ਰਾਜ ਸਭਾ ਕੇ ਸਦਸਯ ਵਰਤਮਾਨ ਕੇ ਗੁਰੂ ਜੀ ਜੋ ਇੱਕ ਮਹਾਨ ਆਤਮਾ ਹੈ ਜਿਨ੍ਹਾਂ ਨੇ ਇਸ ਧਰਤੀ ਕੋ ਸਵਰਗ ਬਣਾ ਦਿਆ ਮੈਂ ਆਪਣੇ ਸ਼ਬਦੋਂ ਮੇਂ ਅਗਰ ਬੋਲੂੰ ਤਾਂ ਮੈਂ ਉਨਕੇ ਲਈ ਕੁਛ ਬੋਲ ਨਹੀਂ ਸਕਤਾ ਨਿਸ਼ਬਦ ਹੂੰ ਕੱਲ ਮੈਂਨੇ ਉਨਕੇ ਸਾਥ 4 ਘੰਟੇ ਕਾ ਵਕਤ ਬਿਤਾਇਆ ਔਰ 4 ਘੰਟੇ ਮੇਂ ਜੋ ਮੇਰੇ ਜੀਵਨ ਮੇਂ ਉਨ੍ਹੋਨੇ ਮਾਰਗਦਰਸ਼ਨ ਦਿਆ ਹੈ ਉਸ ਵਿਚਾਰਧਾਰਾ ਕੋ ਲੇ ਕੇ ਮੈਂ ਪੰਜਾਬ ਕੀ ਧਰਤੀ ਸੇ ਅਬ ਮੈਂ ਅਲੱਗ ਅਲੱਗ ਪ੍ਰਦੇਸ਼ੋ ਮੇਂ ਜਾਊਂਗਾ ਅਲੱਗ ਅਲੱਗ ਜ਼ਿਲ੍ਹੇ ਮੇਂ ਜਾਊਂਗਾ ਅਲੱਗ ਅਲੱਗ ਗਾਉਂ ਮੇਂ ਜਾਊਂਗਾ ਔਰ ਸ਼ਾਇਦ ਮੇਰੇ ਪਾਸ ਇੱਕ ਬਹੁਤ ਬੜੀ ਸਟੋਰੀ ਹੈ ਰੀਅਲ ਸਟੋਰੀ ਜੋ ਮੈਂ ਯੁਵਾਓਂ ਕੋ ਦਿਖਾ ਕੇ ਪ੍ਰੇਰਿਤ ਕਰ ਪਾਊਂਗਾ ਕਿ ਇੱਕ ਵਿਅਕਤੀ ਅਗਰ ਅਕੇਲੇ ਕਿਸੇ ਬੜੇ ਸੰਕਲਪ ਕੋ ਲੈ ਕੇ ਨਿਕਲੇ ਉਸਕੋ ਬੜੇ ਰੂਪ ਮੇਂ ਪਰਿਵਰਤਿਤ ਕਰ ਸਕਦਾ ਹੈ ਯੁਵਾਓਂ ਮੇਂ ਯੇ ਹੈ ਕਿ ਅਗਰ 9-12 ਵਾਲੇ ਬੱਚੇ ਕੀ ਬਾਤ ਕਰਤਾ ਹੂੰ ਜੋ ਮੈਂ ਸੈਮੀਨਾਰਸ ਕਰਤਾ ਹੂੰ ਤੋ ਉਨਕੇ ਅੰਦਰ ਕਿਊਰਿਓਸਿਟੀ ਬਹੁਤ ਹੈ ਕਰਨੇ ਕੀ ਪਿਛਲੇ 2-3 ਸਾਲੋਂ ਮੇਂ ਇੱਕ ਟ੍ਰੈਂਡ ਚੇਂਜ ਹੁਆ 2023 ਮੇਂ ਬਹੁਤ ਜ਼ਿਆਦਾ ਹੀਟ ਵੇਵ ਆਈ 2024 ਮੇਂ ਬਹੁਤ ਜ਼ਿਆਦਾ ਹੀਟ ਵੇਵ ਆਈ ਗਲੇਸ਼ੀਅਰਸ ਪਿਘਲ ਰਹੀ ਹੈ ਪ੍ਰਕਿਤਿਕ ਆਪਦਾਏ ਆ ਰਹੀ ਹੈ ਤੋ ਲੋਕੋ ਅਗਰ ਧਿਆਨ ਕਹੀਂ ਨਾ ਕਹੀਂ ਪ੍ਰਕਿਤਿ ਤਰਫ ਕੇਂਦ੍ਰਿਤ ਤੋ ਹੋ ਹੀ ਰਹਾ ਹੈ ਜੋ ਪਹਿਲੇ ਕੀ ਅਪੇਕਸ਼ਾ ਦੇਖਾ ਜਾਏ ਅਭੀ ਕਹੀਂ ਨਾ ਕਹੀਂ ਯੁਵਾਓਂ ਕਾ ਵੀ ਧਿਆਨ ਕਾਫੀ ਇਸ ਤਰਫ ਵਰਤਾ ਦਿਖਾਈ ਦੇ ਰਹਾ ਹੈ ਆਪਕਾ ਟਾਰਗੇਟ ਕਿਆ ਹੈ ਮੇਰਾ ਟਾਰਗੇਟ ਇਹੀ ਹੈ ਕਿ ਭਾਰਤ ਕੀ ਸਿੱਖਿਆ ਵਿਵਸਥਾ ਕੰਦਾ ਇੱਕ ਪਾਲਿਸੀ ਲਾਈ ਜਾ ਜੋ ਮੈਂ ਪੈਦਲ ਚਲੋ ਇਸਕਾ ਮੁੱਖ ਕਾਰਨ ਇਹ ਹੈ ਕਿ ਭਾਰਤ ਮੇਂ 20 ਕਰੋੜ ਲੋਕ
क्लास 1 से क्लास 12 के बीच में रहते हैं। भारत देश हमारा आजाद हुआ 1952 में टोटल भारत की जो जनसंख्या थी वो केवल 36 करोड़ थी, आज हमारे पास में 142 करोड़ लोग हैं। उस टाइम पेड़ ज्यादा हुआ करते थे, पॉपुलेशन कम थी, आज पॉपुलेशन ज्यादा है, पेड़ कम हो चुके हैं। आज हम पॉल्यूटेड एयर कंज्यूम कर रहे हैं, फिल्टर वाटर कंज्यूम कर रहे हैं, केमिकल फूड कंज्यूम कर रहे हैं, बट इस पर कोई बात नहीं कर रहा। और इसी एक चीज को लेकर मैं भारत की शिक्षा व्यवस्था के मेन स्ट्रीम में, क्योंकि भारत की शिक्षा व्यवस्था के अंदर पैसा फेम पावर के बारे में तो पढ़ाया जाता है लेकिन कभी इसके बारे में नहीं पढ़ाया जाता कि अपनी धरती माँ को कैसे बचाना है, तो उसको लेके मैं एक शिक्षा व्यवस्था के अंदर पॉलिसी डिमांड कर रहा हूँ ताकि हम युवाओं को जोड़ सके और फिर की तरफ उनको लेके जा सके। तिरंगा तो देश में, इसमें आप देखेंगे तो इसमें आपको समानता दिखाई देती है, देश में एक इक्वालिटीज को लेकर चल रहे हैं। वंदे भारत पदयात्रा रखी गई, वंदे भारत पदयात्रा का मतलब होगा कि सभी को एक पाइपलाइन में लेके आ जाए, जाति धर्म से कहीं ऊपर निकल के जो एक छत है समानता की, ऊंच नीच की चीजों को छोड़ के समानता की सीट पे लाया जाए और लोगों को इस विचारधारा के साथ जोड़ा जाए। जैसे आप कह रहे कि मैंने नौकरी छोड़ दी, क्या आपको महसूस नहीं हुआ कि मेरा नुकसान हो गया या कुछ? नुकसान तो देश का हो रहा है, अगर मैं नौकरी करता तो शायद देश का बहुत बड़ा नुकसान हो सकता था। मैं बदल ना पाऊँ देश को, वो मेरे हाथ में है कि नहीं ये मुझे नहीं पता, वो तो ऊपर वाला जानता है, लेकिन अगर मैं कोशिश ना करता तो शायद पूरी जिंदगी मुझे रिग्रेट फील होता कि सिर्फ मैं इंसान हो के कैसे पशु पक्षी जीव जंतु जो एक पेड़ पर, जैसे कि आप इस पौधे को आप देख रहे हैं, उसको हमारे गुरुजी ने लगाया होगा, और आप सामने वहाँ पे एक पक्षी देखिए, वो देखिए वो पक्षी है, वो पक्षी लगातार पेड़ के ऊपर क्या कर रहा है, खेल रहा है। ये एक पेड़ अगर ना लगाया होता गुरुजी ने तो शायद उसको यहाँ पे जीवन ना मिलता। जो आप नहर देख रहे हैं इतना स्वच्छ है, इसमें वो पानी पी रहा होगा आज, तो मुझे लगता है कि एक इंसान पैदा सिर्फ पैसा कमाने के लिए नहीं होना चाहिए, एक इंसान अगर पैदा हो रहा तो लोगों की जिंदगी को कैसे बदल सकता है, उसके जीवन में कैसा एक नया विचार लेके आ सकता है, उसलिए उसको काम करना चाहिए। 14,000 किलोमीटर हो गई सर, 16,000 किलोमीटर की मेरी यात्रा है। अब इसके बाद फिर मैं निकलूंगा लुधियाना, लुधियाना से फिर निकलूंगा चंडीगढ़, चंडीगढ़ पहुंच के वहाँ पे माननीय मुख्यमंत्री से हमारी मुलाकात होगी, उनको ज्ञापन दिया जाएगा, फिर वहाँ से हरियाणा, हरियाणा से दिल्ली और दिल्ली से राजस्थान होकर उत्तर प्रदेश 2026 में पहुंचू। मैं 7 मुख्यमंत्री, 7 पर्यावरण मंत्री, 7 शिक्षा मंत्री और 88 जिला अधिकारी को मिल चुका हूँ। 1977 के गांव के प्रधानों के साथ कोलैब कर चुका हूँ। 80,000 से ज्यादा बच्चों का सेमिनार ले चुका हूँ। 36,000 से ज्यादा पेड़ लगा चुका हूँ और अभी फिलहाल आपके सामने खड़ा हूँ।